ਜਲੰਧਰ ਦੀ ਬਸਤੀ ਨੌ ਦੀ ਸਪੋਰਟਸ ਮਾਰਕੀਟ ਵਿਖੇ ਗੁੜਗਾਉਂ ਦੀ ਬ੍ਰੈਂਡ ਪ੍ਰੋਟੈਕਟਰ ਕੰਪਨੀ ਨੇ ਬਸਤੀ ਬਾਵਾ ਖੇਲ ਦੀ ਪੁਲਿਸ ਨਾਲ ਮਿਲ ਕੇ ਕੁਝ ਸਪੋਰਟਸ ਫਰਮਾਂ ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਕੌਸਕੋ ਤੇ ਨੀਵਿਆ ਦੇ ਵਾਲੀਬਾਲ, ਫੁੱਟਬਾਲ ਅਤੇ ਜੌਨੈਕਸ ਦੇ ਬੈਡਮਿੰਟਨ ਰੈਕੇਟ ਬਰਾਮਦ ਕੀਤੇ ਹਨ। ਇਸ ਸੰਬੰਧੀ ਬ੍ਰੈਂਡ ਪ੍ਰੋਟੈਕਟਰ ਕੰਪਨੀ ਦੇ ਡਾਇਰੈਕਟਰ ਧੀਰੇਂਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਕੌਸਕੋ, ਨੀਵਿਆ, ਜੌਨੈਕਸ ਦੇ ਡੁਪਲੀਕੇਟ ਸਪੋਰਟਸ ਗੁੱਡਸ ਆਨਲਾਈਨ ਇੰਡੀਆ ਮਾਰਟ, ਫੇਸਬੁੱਕ ਰਾਹੀਂ ਦੇਸ਼ ਭਰ ਵਿੱਚ ਸਿੱਧੇ ਵੇਚ ਰਹੇ ਸਨ। ਉੱਧਰ ਥਾਣਾ ਬਸਤੀ ਬਾਵਾ ਖੇਲ ਦੇ SHO ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੇਰਾ ਨਾਮ ਧੀਰੇਂਦਰ ਸਿੰਘ ਹੈ ਔਰ ਮੈਂ ਬ੍ਰੈਂਡ ਪ੍ਰੋਟੈਕਟਰਸ ਇੰਡੀਆ ਪ੍ਰਾਈਵੇਟ ਲਿਮਿਟਡ ਗੁੜਗਾਉਂ ਦਾ ਡਾਇਰੈਕਟਰ ਹੂੰ ਔਰ ਆਜ ਹਮਾਰੀ ਟੀਮ ਨੇ ਪੁਲਿਸ ਸਟੇਸ਼ਨ ਬਾਵਾ ਬਸਤੀ ਖੇਲ ਜਲੰਧਰ ਪੁਲਿਸ ਕੀ ਟੀਮ ਕੇ ਸਾਥ ਮਿਲਕਰ ਤੀਨ ਪਾਰਟੀਜ਼ ਜਿਨਕਾ ਨਾਮ SRS ਸਪੋਰਟਸ ਜਲੰਧਰ, ਆਕਾਸ਼ ਟ੍ਰੇਡਰਸ ਜਲੰਧਰ ਔਰ ਇੱਕ ਅਲੀ ਨਾਮ ਕੇ ਸਪਲਾਇਰ ਜੋ ਮਲੇਰਕੋਟਲਾ ਸੇ ਥਾ, ਇਨ ਲੋਗੋਂ ਕੋ ਇੱਕ ਰੇਡ ਮੇਂ ਗ੍ਰਿਫਤਾਰ ਕੀਆ ਔਰ ਯੋਨੈਕਸ ਕੇ ਨਕਲੀ ਬੈਡਮਿੰਟਨ ਰੈਕੇਟ ਔਰ ਕੌਸਕੋ ਔਰ ਨੀਵਿਆ ਕੀ ਨਕਲੀ ਵਾਲੀਬਾਲ ਔਰ ਫੁੱਟਬਾਲਸ ਭਾਰੀ ਮਾਤਰਾ ਮੇਂ ਇਨ ਲੋਗੋਂ ਸੇ ਬਰਾਮਦ ਕੀ ਗਈ। ਇਹ ਅੱਜ ਇੱਕ ਦਿੱਲੀ ਤੋਂ ਕੰਪਨੀ ਆਈ ਸੀ, ਜਿਹੜੀਆਂ ਕੰਪਨੀਆਂ ਨੇ ਵੱਡੀਆਂ ਉਹਨਾਂ ਨੇ ਜਿਹੜੇ ਆਪਣੇ ਆਥੋਰਾਈਜ਼ ਬੰਦੇ ਰੱਖੇ ਨੇ ਉਹ ਆਏ ਸੀ। ਉਹਨਾਂ ਨੇ ਇੱਕ ਰੇਟ ਕੀਤੀ ਸੀ ਜਿੱਥੋਂ ਇਹਨਾਂ ਨੇ ਕੋਈ ਡੁਪਲੀਕੇਟ ਇਹਨਾਂ ਦੇ ਕਹਿਣ ਮੁਤਾਬਕ ਕੁਛ ਇਹਨਾਂ ਨੇ ਛਿੱਕੇ, ਕੁਛ ਬਾਲ, ਕੁਛ ਬਰਾਮਦ ਕੀਤੇ ਆ, ਉਹਨਾਂ ਦੀ ਹੁਣੇ ਵੈਰੀਫਾਈ ਕਰ ਰਹੇ ਆ। ਜੇ ਇਹਨਾਂ ਤੋਂ ਕੋਈ ਡੁਪਲੀਕੇਟ ਪਾਈ ਗਈ ਇਹਨਾਂ ਨੇ ਜਵਾਬਦੇਹੀ ਕਰ ਦਿੱਤੀ, ਇੱਕੋ ਜਗ੍ਹਾ 'ਤੇ ਕੀਤੀ। ਠੀਕ ਹੈ, 3 ਬੰਦੇ ਲਿਆਉਂਦੇ ਹੁਣ ਵੈਰੀਫਾਈ ਕਰਦੇ, ਜੇ ਇਹਨਾਂ 'ਚੋਂ ਕੋਈ ਹੋਇਆ ਤਾਂ ਉਹਦੇ ਖਿਲਾਫ਼ ਕਾਰਵਾਈ ਕੀਤੀ ਹੈ, ਜੇ ਕੋਈ ਸਹੀ ਹੋਇਆ ਤਾਂ ਛੱਡ ਦਿੱਤੀ। ਇੱਕ ਆਕਾਸ਼ ਹੈ ਕਿ ਸੰਜੇ ਆ ਕਰੀ ਗਿਣਤੀ ਕਰ ਰਹੇ, ਦੇਖਦੇ ਗਿਣਤੀ ਕਰਕੇ ਸਾਨੂੰ ਲਿਸਟ ਦੇਣਗੇ ਬਚਾਅ ਕਰਦੇ। ਇੱਥੇ JP ਨਗਰ ਦੇ ਲਾਗੇ ਕੋਈ ਫੈਕਟਰੀ ਹੈ ਬਣਾਈ ਇਹਨਾਂ ਨੇ ਆਪਣੇ, ਦਿੱਲੀ ਤੋਂ ਆਈ ਹੈ ਟੀਮ, ਉਹ ਜਿਹੜੀ ਚੈੱਕ ਕਰਕੇ ਆਈ ਜਿਹੜੇ ਇਹਨਾਂ ਨੇ ਆਥੋਰਾਈਜ਼ ਕੀਤੇ।